ਕੀ ਦਿਓ ਕੀ ਮੰਗਣ ਆਇਓ? ਪੈਸਾ ਜ਼ਰੂਰੀ ਹੈ, ਜ਼ਰੂਰੀ ਹੈ, ਲੋੜ ਤੋਂ ਵੱਧ ਪੈਸਾ ਜ਼ਰੂਰੀ ਨਹੀਂ। ਕਿਉਂ? ਇੱਕ ਫਕੀਰ ਆਪਣੀ ਮੌਤ 'ਚ ਬੈਠਾ, ਸਿਕੰਦਰ ਜਿਹੜਾ ਦੁਨੀਆ ਜਿੱਤਣ ਆਇਆ ਸੀ, ਬਾਬਿਓ ਜਿਹੜਾ ਦੁਨੀਆ ਜਿੱਤਣ ਆਇਆ ਸੀ, ਸਿਕੰਦਰ ਜਿਹਨੇ ਦੁਨੀਆ 'ਤੇ ਰਾਜ ਕੀਤਾ। ਫਕੀਰ ਕਹਿੰਦਾ, ਸਿਕੰਦਰ ਤੇਰਾ ਸੁਪਨਾ ਹੈ ਕਿ ਤੂੰ ਦੁਨੀਆ ਜਿੱਤਣੀ ਹੈ, ਮੈਨੂੰ ਇਹ ਦੱਸ, ਸੋਚ ਕੇ ਦੱਸੀ। ਮਾਰੂਥਲ ਦੀ ਧਰਤੀ 'ਤੇ ਔੜ ਲੱਗੀ ਹੋਈ ਹੈ ਅਤੇ ਤੂੰ ਉਸ ਧਰਤੀ 'ਤੇ ਕਦੇ ਗਿਆ, ਤੈਨੂੰ ਪਾਣੀ ਨਹੀਂ ਮਿਲ ਰਿਹਾ ਅਤੇ ਨਾ ਹੀ ਤੇਰੇ ਕੋਲ ਸਾਧਨ ਹੈ ਕੋਈ ਵਾਪਸ ਆਉਣ ਨੂੰ। ਤੇਰੇ ਸਾਹਮਣੇ ਸੋਚ ਕੇ ਦੇਖ, ਤੇਰੇ ਸਾਹਮਣੇ ਇੱਕ ਬੰਦਾ ਗਲਾਸ ਪਾਣੀ ਦਾ ਲੈ ਕੇ ਖੜਿਆ, ਬੋਲ ਉਸ ਪਾਣੀ ਦੀ ਕੀਮਤ ਕੀ ਦੇਗਾ ਉਹਨੂੰ? ਸਿਕੰਦਰ ਕਹਿੰਦਾ, ਮਹਾਰਾਜ ਮੈਂ ਆਪਣਾ ਅੱਧਾ ਰਾਜ ਭਾਗ ਦੇ ਦੇਵਾਂ। ਫਕੀਰ ਕਹਿੰਦਾ, ਹੈ? ਕਹਿੰਦਾ, ਜੇ ਮੈਂ ਕਹਾਂ ਉਹ ਅੱਧੇ ਰਾਜ ਭਾਗ 'ਚ ਨਾ ਮੰਨੇ ਤਾਂ ਫਿਰ? ਕਹਿੰਦਾ, ਹਜ਼ੂਰ ਮੈਂ ਸਾਰਾ ਹੀ ਰਾਜ ਭਾਗ ਦੇ ਦੂੰਗਾ ਪਾਣੀ ਦੇ ਗਲਾਸ ਲਈ। ਅਤੇ ਫਕੀਰ ਕਹਿੰਦਾ, ਉਹ ਐਸੇ ਰਾਜ ਭਾਗ ਨੂੰ ਕਰਨਾ ਹੀ ਕਿ ਜਿਹੜਾ ਪਾਣੀ ਦੇ ਗਲਾਸ ਪਿੱਛੇ ਵਿਕ ਜਾਵੇ। ਬਾਬੇ ਓ ਸਾਈਂ ਜੀ, ਜਿਹੜੀਆਂ ਧੀਆਂ ਇੱਥੇ ਬੈਠੀਆਂ ਮੇਰੀਆਂ ਭੈਣਾਂ, ਜਿਹਨਾਂ ਦਾ ਅੱਜ ਤੱਕ ਵਿਆਹ ਨਹੀਂ ਹੋਇਆ, ਹੱਥ ਖੜੇ ਕਰਿਓ। ਮੇਰੀਆਂ ਭੈਣਾਂ ਜਿਹੜੀਆਂ, ਚਾਹੇ ਛੋਟੀ ਹੈ ਕੋਈ ਵੱਡੀ ਹੈ, ਤੁਸੀਂ ਮੇਰੀਆਂ ਧੀਆਂ, ਮੇਰੀਆਂ ਭੈਣਾਂ, ਮੈਂ ਤੁਹਾਡੇ ਇੱਕ ਦੁਆ ਕਰਨ ਲੱਗਾ, ਸੁਣਿਓ ਜਰਾ। ਇੱਕ ਟੁੱਚੂ ਜੇ ਬੰਦੇ ਪਿੱਛੇ ਲੱਗ ਕੇ, ਇੱਕ ਟੁੱਚੂ ਜੇ ਇਨਸਾਨ ਪਿੱਛੇ ਲੱਗ ਕੇ ਆਪਣੇ ਮਾਂ ਪਿਓ ਦੀ ਇੱਜ਼ਤ ਰੋਲ ਦੇਵੇ, ਆਪਣੇ ਮਾਂ ਪਿਓ ਦੀ ਲੱਜ ਨਾ ਰੱਖੇ, ਉਹ ਧੀ ਨਹੀਂ, ਉਹ ਬਦਕਾਰ ਹੁੰਦੀ, ਨਾ ਇੱਥੇ ਢੋਈ ਤੇ ਨਾ ਉੱਥੇ ਢੋਈ, ਯਾਦ ਰੱਖਿਓ, ਗੱਲ ਯਾਦ ਰੱਖਿਓ। ਮਾਂ ਪਿਓ ਰੱਬ ਦੀਆਂ ਦੋ ਅੱਖਾਂ ਨੇ, ਰੱਬ ਦੀਆਂ ਦੋ ਅੱਖਾਂ ਨੇ ਮਾਂ ਤੇ ਪਿਓ। ਜੇ ਇਹਨਾਂ ਅੱਖਾਂ ਨਾਲ ਧੋਖਾ ਕੀਤਾ ਨਾ, ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ, ਉਹ ਧੀ ਨੂੰ ਇੱਥੇ ਵੀ ਨਰਕ ਹੈ ਤੇ ਉਹਨੂੰ ਉੱਥੇ ਵੀ ਨਰਕ ਹੈ। ਤੇ ਜਿਹੜੀਆਂ ਧੀਆਂ ਆਪਣੇ ਮਾਂ ਪਿਓ ਦੀ ਲੱਜ ਪਾਲ ਕੇ ਸੁਖੀ ਸਾਂਦੀ ਪਰਾਏ ਘਰ 'ਚ ਚਲੀਆਂ ਜਾਣ, ਇੱਥੇ ਵੀ ਜੰਨਤ ਮੰਨਣਗੀਆਂ ਤੇ ਉੱਥੇ ਵੀ ਜੰਨਤ ਮੰਨਣਗੀਆਂ। ਔਰ ਜਿਹੜੇ ਨੌਜਵਾਨ ਇੱਕ ਟੁੱਚੂ ਜੀ ਔਰਤ ਪਿੱਛੇ ਲੱਗ ਕੇ ਆਪਣੇ ਮਾਂ ਪਿਓ ਦਾ ਸਤਿਕਾਰ ਭੁੱਲ ਜਾਣ, ਉਹ ਪੁੱਤ ਨਹੀਂ ਕਪੁੱਤ ਹੁੰਦੇ ਆ, ਉਹ ਇੱਥੇ ਵੀ ਨਰਕਾਂ 'ਚ ਤੇ ਉੱਥੇ ਵੀ ਨਰਕਾਂ 'ਚ, ਗੱਲ ਯਾਦ ਰੱਖੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ। ਕਿਸੇ ਨੇ ਸਵਾਲ ਕੀਤਾ ਸਾਈਂ ਜੀ, ਕਿਸੇ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਜਿਹੜੇ ਤੇਰੇ ਦਿਲ ਨੂੰ ਭਾ ਜਾਂਦੇ ਆ, ਇਹ ਤੁਹਾਡੀ ਗੱਲ ਹੋ ਰਹੀ ਹੈ ਬਾਬਿਓ, ਜਿਹੜੇ ਤੇਰੇ ਗੱਲਾਂ 'ਤੇ ਖਰੇ ਉਤਰਦੇ ਆ, ਉਹ ਦੀਨ ਦੁਨੀਆ ਦੇ ਮਾਲਕਾ ਜਿਹੜੇ ਤੈਨੂੰ ਮੰਨਦੇ ਆ, ਤੂੰ ਜਿਹਨਾਂ 'ਤੇ ਮਿਹਰਬਾਨ ਹੋ ਜਾਂਦਾ, ਤੂੰ ਉਹਨਾਂ ਨੂੰ ਕੀ ਬਖਸ਼ਦਾ? ਜੰਨਤ, ਪੈਸਾ, ਦੌਲਤ, ਸ਼ੌਹਰਤ, ਮਾਇਆ, ਗੱਡੀਆਂ, ਕਾਰਾਂ, ਕੋਠੀਆਂ, ਰਿਸ਼ਤੇਦਾਰੀਆਂ? ਧੰਨ ਗੁਰੂ ਨਾਨਕ ਪਾਤਸ਼ਾਹ ਕੀ ਜਵਾਬ ਦਿੰਦੇ ਸੁਣਿਓ। ਇਹ ਅਗਲੇ ਨਹੀਂ ਟਿਕ ਰਹੇ ਗੱਲਾਂ ਕਰਨ ਤੋਂ।
ਭੈਣੇ ਮੈਂ ਕੀ ਗੱਲ ਕਹੀ ਹੈ ਮਾੜਾ ਜਿਹਾ ਦੱਸਿਓ ਹੁਣੇ। ਮੈਂ ਹੁਣੇ ਇੱਕ ਗੱਲ ਸੁਣਾਈ ਧੰਨ ਗੁਰੂ ਨਾਨਕ ਪਾਤਸ਼ਾਹ ਦੀ, ਪਤਾ ਕਿਸੇ ਨੂੰ? ਤੁਹਾਨੂੰ ਪਤਾ? ਧਿਆਨ ਇੱਧਰ ਉੱਧਰ ਨਹੀਂ। ਇਹੋ ਕਲਾਸ ਹੈ, ਜੇ ਇਸ ਕਲਾਸ ਦੇ ਵਿੱਚੋਂ ਇੱਕ ਵੀ ਅੱਖਰ ਭੁੱਲ ਗਿਆ ਫੇਲ ਹੋ, ਫਿਰ ਨਹੀਂ ਪੇਪਰਾਂ 'ਚੋਂ ਪਾਸ ਹੋਣਾ। ਤੁਸੀਂ ਕੀ ਸੋਚਦੇ ਹੋ ਕਿ ਸਾਈਂ ਜੀ ਦੇ ਨਾਲ ਜੇ ਪਿੱਠ ਲਾ ਕੇ ਬੈਠੇ ਰੱਬ ਮਿਲੂਗਾ? ਨਹੀਂ। ਤੁਸੀਂ ਕੀ ਸੋਚਦੇ ਹੋ ਕਿ ਜੇ ਸਾਈਂ ਜੀ ਕਹਿ ਦੇਣਗੇ ਤੂੰ ਮੇਰਾ ਹੈ ਰੱਬ ਮਿਲੂਗਾ? ਨਹੀਂ। ਰੱਬ ਕਿੱਦਾਂ ਮਿਲੂਗਾ? ਸੁਣਿਓ, ਕਿੱਦਾਂ ਮਿਲਣਾ? ਉਹ ਪਾ ਕੇ ਬੈਠੇ ਆ, ਉਹ ਰਸਤਾ ਉਹਨੂੰ ਹੀ ਦੱਸਣਗੇ ਜਿਹੜਾ ਉਹਦੇ ਬਰਾਬਰ ਦਾ ਹੋਊਗਾ। ਬਾਕੀਆਂ ਨੂੰ ਰਸਤੇ ਨਹੀਂ ਪਾਉਂਦੇ, ਬਾਕੀਆਂ ਨੂੰ ਕਹਿਣਗੇ ਤਪੱਸਿਆ ਕਰ, ਜਦੋਂ ਲੱਗਣ ਲੱਗਿਆ ਦੱਸਾਂਗੇ। ਦੁਬਾਰਾ ਰਿਪੀਟ ਕਰਦਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਿਸੇ ਨੇ ਪੁੱਛਿਆ, ਪਾਤਸ਼ਾਹ ਜਦੋਂ ਤੁਸੀਂ ਕਿਸੇ 'ਤੇ ਮਿਹਰਬਾਨ ਹੁੰਦੇ ਹੋ, ਜਦੋਂ ਕੋਈ ਤੁਹਾਡੇ ਅਕੀਦੇ ਵਿੱਚ ਰਹਿੰਦਾ, ਤੁਹਾਡੇ ਦਾਇਰੇ ਵਿੱਚ ਰਹਿੰਦਾ, ਕੀ ਤੁਸੀਂ ਉਹਨੂੰ ਕੋਠੀਆਂ, ਕਾਰਾਂ, ਰਿਸ਼ਤੇਦਾਰੀਆਂ, ਔਚੇ ਅਹੁਦੇ, ਮਹਿਲ ਮਨਾਰੇ, ਕੀ ਖੁਸ਼ੀਆਂ, ਰਿਸ਼ਤੇਦਾਰੀਆਂ ਬਖਸ਼ਦੇ ਹੋ? ਧੰਨ ਗੁਰੂ ਨਾਨਕ ਪਾਤਸ਼ਾਹ ਬੜੀ ਬੇਖੂਬੀ ਦੇ ਨਾਲ, ਬੜੀ ਸੁੰਦਰ ਤਰੀਕੇ ਦੇ ਨਾਲ ਜਵਾਬ ਦਿੰਦੇ। ਕਹਿੰਦੇ, ਨਹੀਂ ਭਾਈ, ਮੈਂ ਜਿਹਦੇ 'ਤੇ ਮਿਹਰਬਾਨ ਹੋ ਜਾਵਾਂ ਨਾ, ਮੈਂ ਉਹਨੂੰ ਸੰਗਤ ਬਖਸ਼ ਦਿੰਦਾ। ਸੰਗਤ, ਅੱਜ ਧਿਆਨ ਮਾਰਿਓ, ਕੁੱਲ ਦੁਨੀਆਂ 'ਚ ਕਿੰਨੇ ਲੋਕ ਨੇ, ਕਿੰਨੇ ਤਰ੍ਹਾਂ ਦੇ, ਕਿਹੜੀ ਕਿਹੜੀ ਨਸਲ ਦੇ? ਤੁਸੀਂ ਕੁਝ ਕੁ ਲੋਕ ਹੋ ਜਿਹੜੀ ਸੰਗਤ ਨੂੰ ਮਾਣ ਰਹੇ ਹੋ, ਬਾਕੀ ਕੋਈ ਇਸ ਵੇਲੇ ਠੇਕਿਆਂ 'ਤੇ ਦਾਰੂ ਪੀ ਰਿਹਾ, ਕੋਈ ਅੱਜ ਕੋਈ ਗੰਦੀ ਤੋਂ ਗੰਦੀ ਹਰਕਤ ਕਰ ਰਿਹਾ ਹੋਊਗਾ, ਕੋਈ ਧੀ ਭੈਣ ਆਪਣੀ ਅਸ਼ਲੀਲਤਾ ਫੈਲਾ ਰਹੀ ਹੋਊਗੀ, ਕੋਈ ਨੌਜਵਾਨ ਆਪਣੀ ਮਾਂ ਪਿਓ ਦਾ ਖਿਆਲ ਨਾ ਰੱਖਦੇ ਹੋਏ ਉਹਨੇ ਹੱਦਾਂ ਪਾਰ ਕੀਤੀਆਂ ਹੋਣਗੀਆਂ, ਪਰ ਤੁਸੀਂ ਭਾਗਾਂ ਵਾਲੇ ਹੋ ਜਿਹੜੀ ਸੰਗਤ 'ਚ ਬੈਠੇ। ਇਹਨੂੰ ਮਾਣੋ, ਇਹਦਾ ਲਾਭ ਉਠਾਓ ਇਸ ਸੰਗਤ ਦਾ। ਇਸ ਨਗਰ 'ਚ ਇੰਨੇ ਕੀ ਲੋਕ ਨਹੀਂ ਹੋਣੇ, ਮੈਨੂੰ ਪਤਾ ਹੈ ਇਸ ਨਗਰ 'ਚ ਬਹੁਤ ਲੋਕ ਹੋਣਗੇ, ਜੇ ਇੱਥੇ ਆ ਕੇ ਖੜ੍ਹੇ ਹੋ ਜਾਣ ਸ਼ਾਇਦ ਪੈਰ ਧਰਨ ਨੂੰ ਜਗ੍ਹਾ ਨਾ ਮਿਲੇ, ਪਰ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਸੰਗਤ 'ਚ ਬੈਠੇ, ਗੁਰੂ ਦੀ ਗੱਲ ਸੁਣ ਰਹੇ ਹੋ। ਕੀ ਮੈਂ ਇੱਥੇ ਆ ਕੇ ਕੋਈ ਅਸ਼ਲੀਲਤਾ ਦੀ ਗੱਲ ਕੀਤੀ ਹੈ? ਕੋਈ ਮੈਂ ਪੰਜਾਬੀ ਗੀਤ ਗਾਏ ਆ? ਮੈਂ ਰੱਬ ਘਰ ਦੀ ਗੱਲ ਕੀਤੀ। ਆਓ, ਉਹ ਕਵਾਲੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਜੇ ਕਵਾਲੀ ਸੁਣ ਗਿਆ ਨਾ ਬਾਬਿਓ, ਫਿਰ ਕਦੇ ਵੀ ਫਕੀਰ ਦਾ ਦਰਬਾਰ ਨਹੀਂ ਛੱਡੋਗੇ, ਅਤੇ ਨਾ ਕਦੇ ਰੱਬ ਨਾਲ ਰੋਸਾ ਕਰੋਗੇ ਵੀ ਤੂੰ ਸਾਡਾ ਸਵਾਰਿਆ ਕੁਛ ਨਹੀਂ। ਇਹ ਜ਼ਰੂਰੀ ਨਹੀਂ ਸਾਈਂ ਜੀ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ, ਇਹ ਜ਼ਰੂਰੀ ਨਹੀਂ ਕਿ ਤੁਸੀਂ ਇਹ ਸੋਚੋ ਕਿ ਰੱਬ ਨੇ ਮੇਰੇ ਨਾਲ ਕੀ ਮਾੜਾ ਕਰ ਦਿੱਤਾ, ਮੇਰਾ ਕੰਮ ਨਹੀਂ ਬਣਦਾ। ਇਹ ਜ਼ਰੂਰੀ ਨਹੀਂ ਕਿ ਰੱਬ ਨੇ ਹੀ ਮਾੜਾ ਕੀਤਾ ਜਾਂ ਤੁਸੀਂ ਮਾੜਾ ਕੀਤਾ, ਨਹੀਂ। ਕਈ ਵਾਰੀ ਚੰਗੇ ਹੋਣ ਦੀ ਵੀ ਸਜ਼ਾ ਸਾਨੂੰ ਭੁਗਤਣੀ ਪੈਂਦੀ, ਚੰਗਾ ਹੋਣ ਦੀ ਵੀ ਸਜ਼ਾ ਮਿਲਦੀ ਹੈ ਉਸ ਅਕਾਲ ਪੁਰਖ ਤੋਂ। ਪਰ ਇੱਕ ਗੱਲ ਯਾਦ ਰੱਖਿਓ, ਜਿਸ ਇਨਸਾਨ ਨੇ ਚਾਰ ਚੀਜ਼ਾਂ ਪੱਲੇ ਬੰਨ ਲਈਆਂ ਨਾ ਬਾਬਿਓ, ਇੱਕ ਜ਼ਿੰਦਗੀ 'ਚ ਕਦੇ ਝੂਠ ਨਹੀਂ ਰੱਖਣਾ, ਝੂਠ ਤੋਂ ਦੂਰ ਰਹੋ। ਝੂਠ ਕੌਣ? ਅਸੀਂ ਮਾੜੇ ਇਨਸਾਨ ਨੂੰ ਕਹਿੰਦੇ ਜਾਓ ਝੂਠਾ, ਤੇਰੇ ਵਰਗੇ ਵੀ ਦੇਖਦੇ ਹਾਂ। ਅਸੀਂ ਝੂਠ ਨਹੀਂ ਬਣਨਾ, ਇਹਦੀ ਗੱਲ ਉੱਥੇ ਕਰਤੀ, ਇਹਦੀ ਉੱਥੇ, ਇਹਦੀ ਉੱਥੇ, ਨਹੀਂ। ਸਾਡੀ ਅੱਖਾਂ ਦੇ ਸਾਹਮਣੇ ਜੋ ਹੋਇਆ ਸੱਚ ਕਹਿ ਦਿਓ, ਤੁਹਾਡਾ ਗਲਾ ਨਹੀਂ ਉਤਰਨ ਲੱਗਾ। ਉਹ ਬੈਠਾ ਡਾਡਾ, ਉਹ ਸਤਿਗੁਰੂ ਬੈਠਾ ਜਿਹਨੇ ਦੁਨੀਆਂ 'ਤੇ ਭੇਜਿਆ, ਉਹ ਆਪਣੀ ਆਈ 'ਤੇ ਆ ਜਾਵੇ, ਕੱਖ ਨਹੀਂ ਵਿਗੜਨ ਦਿੰਦਾ। ਇੱਕ ਝੂਠ, ਇੱਕ ਜ਼ਿੰਦਗੀ 'ਚ ਝੂਠ, ਇਹ ਦੋਹੋ ਚੀਜ਼ਾਂ ਦਾ ਕਦੇ ਵੀ ਸੇਵਨ ਨਾ ਕਰਿਓ। ਇਹ ਨਸ਼ੇ ਤੋਂ ਵੀ ਮਾੜੀਆਂ ਨੇ, ਇਹ ਨਰਕਾਂ ਨੂੰ ਲੈ ਜਾਣਗੀਆਂ। ਔਰ
ਦੋ ਚੀਜ਼ਾਂ ਪੱਲੇ ਕਿਹੜੀ ਬਣਨੀਆਂ ਨੇ? ਝੂਠ ਤੇ ਝੂਠ, ਇਹਦਾ ਸੇਵਨ ਨਹੀਂ ਕਰਨਾ, ਇਹਦਾ ਦਰ ਨਹੀਂ ਛੱਡਣਾ ਤੇ ਕਿਹਦਾ ਡਰ ਨਹੀਂ ਛੱਡਣਾ। ਜਦੋਂ ਸਾਈਂ ਦਾ ਡਰ ਮਨ 'ਚ ਰਹੂਗਾ ਨਾ, ਹਰ ਕੰਮ ਗਲਤ ਕਰਨ ਤੋਂ ਪਹਿਲਾਂ ਡਰ ਆਊਗਾ ਸਾਈਂ ਜੀ ਕਿਤੇ ਸਜ਼ਾ ਨਾ ਦੇ ਦੇਣ। ਇਹ ਕਿਹਦਾ ਡਰ ਨਾ ਛੱਡਿਓ, ਜਦੋਂ ਇਹਦੇ ਡਰ ਨਾਲ ਜੁੜੇ ਹੋਵੋਗੇ ਤੇ ਕੋਈ ਵੀ ਮਾੜੀ ਚੀਜ਼ ਤੁਹਾਡੇ ਨੇੜੇ ਨਹੀਂ ਆ ਸਕਦੀ। ਇਹਦਾ ਡਰ ਨਾ ਛੱਡਿਓ, ਇਹਦਾ ਡਰ ਨਾ ਛੱਡਿਓ, ਵਿਹੜੇ ਆਪੇ ਹੀ ਪਾਰ ਹੋ ਜਾਣੇ। ਮੇਰੇ ਸਾਈਂ ਕਹਿੰਦੇ ਆ ਆਪੇ ਹੀ ਵਿਹੜੇ ਪਾਰ ਹੋ ਜਾਣਗੇ। ਅਸੀਂ ਹਮੇਸ਼ਾ ਸੁਣਦੇ ਹਾਂ ਗਿਆਰਵੀਂ ਵਾਲੀ ਸਰਕਾਰ ਨੇ ਮਾਈ ਰੂੜੀ ਦਾ ਬੇੜਾ ਡੋਬਤਾ। ਹੋਏ ਭਲਿਓ ਲੋਕੋ, ਜਿਹੜਾ ਡੁੱਬੇ ਬੇੜੇ ਤਾਰਨ ਆਇਆ ਉਹ ਕਿਸੇ ਦਾ ਕੀ ਬੇੜਾ ਡੋਬੂਗਾ? ਕਦੇ ਨਹੀਂ ਬੇੜਾ ਡੋਬਦਾ, ਇਹ ਝੂਠ ਹੈ। ਇੰਨਾ ਕਹਿ ਸਕਦੇ ਹਾਂ ਮਾਈ ਰੂੜੀ ਦਾ ਬੇੜਾ ਆਪਣੇ ਕੋਲ ਗਹਿਣੇ ਜ਼ਰੂਰ ਰੱਖ ਲਿਆ ਹੋਊਗਾ ਪਰ ਡੋਬਦੇ ਨਹੀਂ। ਜਿਹੜਾ ਕੁੱਲ ਦੁਨੀਆਂ ਦਾ ਮਾਲਕ ਦੁਨੀਆਂ ਨੂੰ ਤਾਰਨ ਆਇਆ ਉਹ ਡੋਬੂਗਾ ਥੋੜ੍ਹੀ, ਉਹ ਤਾਂ ਤਾਰਨ ਆਇਆ ਨਾ। ਭਲੇ ਲੋਕੋ, ਇਹ ਸੱਚਾਈ ਹੈ। ਜਦੋਂ ਰੱਬ ਮਿਹਰਬਾਨ ਹੋਵੇ, ਅੱਜ ਮੈਂ ਪ੍ਰੋਗਰਾਮ ਲਾਉਣ ਤੋਂ ਬਾਅਦ ਨਾਰੇ ਸ਼ਰੀਫ ਗਿਆ ਵਾ, ਨਾਰੇ ਸ਼ਰੀਫ ਸੁਣਿਓ। ਗਿਆਰਵੀਂ ਵਾਲੀ ਸਰਕਾਰ ਦਾ ਪੁੱਤ, ਗਿਆਰਵੀਂ ਵਾਲੀ ਸਰਕਾਰ ਦਾ ਆਸ਼ਕ, ਉਹਦਾ ਮੁਰੀਦ ਬਾਬਾ ਜੀਵਨ ਸ਼ਾਹ ਕਾਦਰੀ, ਮੈਂ ਅੱਜ ਉਹਦੀ ਸੰਗਤ ਕਰਕੇ ਆਇਆ। ਸੰਗਤ ਹਰ ਫਕੀਰ ਦੀ ਕਰਨੀ ਚਾਹੀਦੀ ਹੈ, ਕੀ ਪਤਾ ਕਿੱਥੋਂ ਕੀ ਮਿਲ ਜੇ। ਅਗਰ ਹੁਣ ਸੋਚਿਆ ਜਾਵੇ ਜਿਹੜੇ ਵੰਡੀਆਂ ਪਾ ਕੇ ਬੈਠੇ ਹੈ ਕਿ ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਇਹ ਹਾਂ, ਮੈਂ ਵੋ ਹਾਂ, ਉਹ ਗਿਆਰਵੀਂ ਵਾਲੀ ਸਰਕਾਰ ਦਾ ਦਰਬਾਰ ਹੈ ਨਾਰੇ ਸ਼ਰੀਫ, ਬਹੁਤ ਵੱਡੀ ਦਰਗਾਹ ਬਣੀ ਹੈ ਗਿਆਰਵੀਂ ਵਾਲੀ ਸਰਕਾਰ ਦੀ, ਉੱਥੇ ਹਾਜ਼ਰੀ ਭਰਦੇ ਆ ਲੋਕ। ਉਹ ਇੱਕ ਦਿਨ ਗਏ, ਉਹ ਸਰਕਾਰ ਗਏ ਪੀਰਨ, ਗਏ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਸੇ ਨੇ ਜਗ੍ਹਾ ਬਣਾਈ ਹੋਈ ਛੋਟੀ ਜਿਹੀ, ਉੱਪਰ ਟੀਨ ਪਾਏ ਹੋਏ ਟੀਨ। ਉਸ ਫਕੀਰ ਨੇ ਜਦੋਂ ਦੇਖਿਆ ਕਿ ਕੁੱਲ ਦੁਨੀਆਂ ਦਾ ਮਾਲਕ ਕਿੱਦਾਂ, ਮਾਲਕ ਕਿੱਦਾਂ, ਅਸੀਂ ਮੰਗਦੇ ਹਾਂ ਇਹਨਾਂ ਕੋਲੋਂ, ਇਹ ਮੰਗਦੇ ਆਪਣੇ ਪੀਰ ਕੋਲੋਂ, ਇਹਦਾ ਪੀਰ ਮੰਗਦਾ ਹੈ ਆਪਣੇ ਵਲੀ ਕੋਲੋਂ, ਉਹ ਵਲੀਆਂ ਮੰਗਦੇ ਨੇ ਬਾਬੇ ਨਾਨਕ ਕੋਲੋਂ, ਡਿਊਟੀ ਬਾਬੇ ਨਾਨਕ ਦੀ ਲੱਗੀ ਹੋਈ ਖਜ਼ਾਨੇ ਤੋਂ। ਇਹ ਜੋ ਮਾਇਆ ਆ ਰਹੀ ਹੈ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਖਜ਼ਾਨੇ 'ਚੋਂ ਆ ਰਹੀ ਹੈ। ਇੱਕ ਵਾਰੀ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੋਂ ਤਾੜੀ ਲਾਓ। ਉਸ ਫਕੀਰ ਨੇ ਜਦੋਂ ਬਾਬੇ ਜੀਵਨ ਸ਼ਾਹ ਕਾਦਰੀ ਨੇ ਦੇਖਿਆ ਕਿ ਕੁੱਲ ਦੁਨੀਆਂ ਦਾ ਮਾਲਕ ਪਹਿਲੀ ਪਾਤਸ਼ਾਹੀ, ਉਹਦੀ ਜਗ੍ਹਾ ਛੋਟੀ ਜਿਹੀ ਬਣਾਈ ਹੈ ਬਾਬੇ, ਉਹਨੇ 35 ਲੱਖ ਰੁਪਇਆ ਲਾ ਕੇ। ਤੁਸੀਂ ਕਦੇ ਜਾਇਓ, ਜਦੋਂ ਪੀਰ ਨਗਾਏ ਜਾਂਦੇ ਹੋ, ਜਦੋਂ ਵੜਦੇ ਹੀ ਹੋ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਹੁਤ ਸੋਹਣੀ ਇੱਕ ਤਸਵੀਰ ਬਣਾਈ ਹੈ ਔਰ ਉਹਨੂੰ ਸ਼ੀਸ਼ੇ ਦੇ ਵਿੱਚ ਜੜਵਾਇਆ ਹੋਇਆ, ਉਹਦੇ ਉੱਪਰ ਲਿਖਿਆ ਹੋਊਗਾ, ਪੜ੍ਹਿਓ ਕਦੇ। ਉਸ ਫਕੀਰ ਨੇ, ਮੈਂ ਵਾਰੇ ਜਾਵਾਂ ਉਹਦੇ ਕੋਲ, ਅੱਲਾ ਪਾਕ ਉਹਨੂੰ ਹਮੇਸ਼ਾ ਖੁਸ਼ ਰੱਖੇ, ਜੰਨਤ ਨਸੀਬ ਕਰੇ, ਚੜ੍ਹਦੀ ਕਲਾ ਰੱਖੇ।